ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਰੈਲੀ ਦੇ ਮੌਕੇ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਪ੍ਰਧਾਨ ਮੰਤਰੀ ਦੇ ਖੂਬ ਤਾਰੀਫਾਂ ਕੀਤੀਆਂ ਉੱਥੇ ਹੀ ਸੁਖਬੀਰ ਬਾਦਲ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਸ਼ਨ 2019 ਦੇ ਪੰਜਾਬ ਤੋਂ ਆਗਾਜ਼ ਕਰਨ ਤੇ ਉਹਨਾਂ ਦਾ ਧੰਨਵਾਦ ਕੀਤਾ। ਸੁਖਬੀਰ ਬਾਦਲ ਨੇ ਕਾਂਗਰਸ ਨੂੰ ਸਿੱਖਾਂ ਦੇ ਉੱਪਰ ਅਤਿਆਚਾਰ ਕਰਨ ਵਾਲੀ ਪਾਰਟੀ ਕਰਾਰ ਦਿੱਤਾ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਨਵੇਂ ਸਾਲ ਦੀ ਸ਼ੁਰੂਆਤ ਵਿੱਚ 2019 ਦੀ ਜਿਹੜੀ ਜੰਗ ਸ਼ੁਰੂ ਹੋਣ ਵਾਲੀ ਹੈ ਉਹ ਸ਼ੁਰੂਆਤ ਵੀ ਤੁਸੀਂ ਪੰਜਾਬ ਤੋਂ ਕੀਤੀ ਹੈ। ਪੰਜਾਬ ਉਹ ਸੂਬੇ ਜਿਨ੍ਹਾਂ ਨੇ ਆਪਣੇ ਦੁਸ਼ਮਣਾਂ ਦੀ ਨਾਲ ਲੜਾਈ ਲੜੀ, ਟੈਂਕਾਂ ਤੋਪਾਂ ਦਾ ਸਾਹਮਣਾ ਕੀਤਾ, ਆਪਣੇ ਛਾਤੀ ਤੇ ਗੋਲੇ ਲਿੱਤੇ ਪਰ ਦੁਸ਼ਮਣਾਂ ਨੂੰ ਭਜਾ ਕੇ ਰੱਖਿਆ। ਅੱਜ ਤੁਸੀਂ ਜਿਹੜੇ ਅਗਲੇ ਨਵਾਂ ਸਾਲ ਚੜਿਆ, ਤੁਸੀਂ ਜਿਹੜੀ ਜੰਗ ਲੜਨ ਲੱਗੇ ਹੋ ਉਸ ਪਾਰਟੀ ਦੇ ਖਿਲਾਫ ਜੰਗ ਲੜਨ ਲੱਗੇ ਹੋ, ਉਸ ਗਾਂਧੀ ਪਰਿਵਾਰ ਦੇ ਖਿਲਾਫ ਜੰਗ ਲੜਨ ਲੱਗੇ ਹੋ ਜਿਹੜਾ ਸਿੱਖ ਕੌਮ ਤੇ ਪੰਜਾਬੀਆਂ ਦਾ ਦੁਸ਼ਮਣ ਹੈ। ਉਹ ਗਾਂਧੀ ਪਰਿਵਾਰ ਜਿਹਨੇ ਜੋ ਅਤਿਆਚਾਰ ਸਿੱਖ ਪੰਥ ਤੇ ਕੌਮ ਤੇ ਕੀਤਾ ਤੇ ਪੰਜਾਬੀਆਂ ਤੇ ਕੀਤਾ ਉਹ ਕੋਈ ਭੁਲਾ ਨਹੀਂ ਸਕਦਾ। ਪ੍ਰਧਾਨ ਮੰਤਰੀ ਜੀ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਵੱਖ ਵੱਖ ਪ੍ਰਧਾਨ ਮੰਤਰੀ ਦੇਸ਼ ਦੇ ਬਣੇ, ਪਰ ਆਜ਼ਾਦੀ ਦੇ ਬਾਅਦ ਮੈਂ ਕਹਿ ਸਕਦਾ ਤਿੰਨ ਪ੍ਰਧਾਨ ਮੰਤਰੀ ਦੇਸ਼ ਦੇ ਬਣੇ ਹੈ ਜਿਨ੍ਹਾਂ ਨੇ ਪੰਜਾਬ ਦਾ ਦਰਦ ਸਮਝਿਆ, ਦਰਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪੰਜਾਬੀਆਂ ਨੂੰ, ਪੰਜਾਬ ਨੂੰ ਆਪਣਾ ਜੋ ਮਾਣ ਜੋ ਲੋੜ ਸੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਵਾਜਪਾਈ ਜੀ ਸਨ, ਮੈਨੂੰ ਯਾਦ ਹੈ ਬਾਦਲ ਸਾਹਿਬ ਮੁੱਖ ਮੰਤਰੀ ਸਨ। ਵਾਜਪਾਈ ਜੀ ਨੇ ਜੋ ਵੀ ਸਮੱਸਿਆ ਮੇਰੇ ਪਿਤਾ ਬਾਦਲ ਸਾਹਿਬ ਵਾਜਪਾਈ ਜੀ ਕੋਲੇ ਲੈ ਕੇ ਜਾਂਦੇ, ਵਾਜਪਾਈ ਜੀ ਉਦੋਂ ਹੀ ਉਹਨਾਂ ਦਾ ਹੱਲ ਕਰਦੇ। ਵਾਜਪਾਈ ਜੀ ਦੇ ਆਸ਼ੀਰਵਾਦ ਸਦਕਾ ਬਠਿੰਡੇ ਵਿੱਚ 20,000 ਕਰੋੜ ਦੀ ਰਿਫਾਇਨਰੀ ਲੱਗੀ ਹੈ। ਆ ਜਿਹੜਾ ਗੁਰਦਾਸਪੁਰ ਵਿੱਚ ਪਠਾਨਕੋਟ ਕੋਲੇ ਥੀਨ ਡੈਮ ਹੈ, ਉਦੋਂ ਉਹਨਾਂ ਨੇ 2,500 ਕਰੋੜ ਰੁਪਇਆ ਦੇ ਕੇ ਆ ਥੀਨ ਡੈਮ ਨੂੰ ਮੁਕੰਮਲ ਕਰਾਇਆ। ਉਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਦੀ ਮਨਜ਼ੂਰੀਆਂ ਦਿੱਤੀਆਂ ਤੇ ਬਹੁਤ ਵੱਡੇ ਹੋਰ ਪ੍ਰੋਜੈਕਟ ਦਿੱਤੇ। ਉਹਦੇ ਬਾਅਦ ਦੂਜੇ ਪ੍ਰਧਾਨ ਮੰਤਰੀ ਸ੍ਰੀ IK ਗੁਜਰਾਲ ਸਨ, ਜਿਨ੍ਹਾਂ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਪੰਜਾਬ ਦੇ ਉੱਤੇ ਕਰਜ਼ਾ ਚੜਿਆ ਸੀ, 8,500 ਕਰੋੜ ਦਾ ਕਰਜ਼ਾ ਸੀ, ਪੰਜਾਬ ਬੜੀ ਮੁਸ਼ਕਲ ਸੀ, ਪਰ ਬਾਦਲ ਸਾਹਿਬ ਮੇਰੇ ਪਿਤਾ IK ਗੁਜਰਾਲ ਸਾਹਿਬ ਕੋਲੇ ਗਏ ਤੇ 10 ਮਿੰਟਾਂ 'ਚ ਹੀ ਉਹਨਾਂ ਨੇ ਐਸ ਪ੍ਰਧਾਨ ਮੰਤਰੀ ਫਾਈਨੈਂਸ ਮਿਨਿਸਟਰ ਨੂੰ ਬੁਲਾਇਆ, 10 ਮਿੰਟਾਂ 'ਚ ਘੁੱਗੀ ਮਾਰ ਕੇ 8,500 ਕਰੋੜ ਰੁਪਇਆ ਮਾਫ ਕਰਾ ਦਿੱਤਾ। ਤੀਜੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜੀ ਆਪ ਜੋ ਪਿਛਲੇ 5 ਸਾਲਾਂ ਵਿੱਚ ਆਪਣੀ ਸਰਕਾਰ ਨੇ ਤੁਹਾਡੀ ਪ੍ਰਧਾਨ ਮੰਤਰੀ ਦੀ ਅਗਵਾਈ ਥੱਲੇ
ਜੋ ਪੰਜਾਬ ਨੂੰ ਮਿਲਿਆ, ਜੋ ਸਿੱਖ ਪੰਥ ਦੇ ਮਸਲੇ ਹੱਲ ਕਰਾਏ, ਮੈਂ ਦਿਲ ਦੀ ਗਰਾਈਆਂ ਤਰਫੋਂ, ਸਾਰੇ ਪੰਜਾਬੀਆਂ ਤਰਫੋਂ, ਸ਼੍ਰੋਮਣੀ ਅਕਾਲੀ ਦਲ ਦੀ ਵਰਕਰਾਂ ਤਰਫੋਂ ਤੁਹਾਨੂੰ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਸਭ ਤੋਂ ਵੱਡੀ ਜੋ ਦੇਣ ਜੋ ਪਰਮਾਤਮਾ ਨੇ, ਮੈਨੂੰ ਪਤਾ ਸਿਆਣੇ ਕਹਿੰਦੇ ਜਿਹਦੀ ਬਖਸ਼ਿਸ਼ ਪਰਮਾਤਮਾ ਤੇ ਹੋਏ, ਪਰਮਾਤਮਾ ਦੀ ਬਖਸ਼ਿਸ਼ ਜਿਹਦੇ ਤੇ ਹੋਏ, ਉਹਦੇ ਤੋਂ ਹੀ ਸ਼ੁੱਧ ਕੰਮ ਕਰਾਏ ਜਾਂਦੇ ਹੈ। ਪ੍ਰਧਾਨ ਮੰਤਰੀ ਜੀ, ਪਰਮਾਤਮਾ ਦੀ ਬਖਸ਼ਿਸ਼ ਤੁਹਾਡੇ ਤੇ ਹੋਈ, ਤੁਹਾਡੇ ਹੱਥੋਂ ਇਹ ਜਿਹਾ ਕੰਮ ਕਰਾ ਦਿੱਤਾ ਜਿਹੜਾ ਪੂਰੇ ਦੁਨੀਆ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਰਹਿੰਦੇ ਹਨ, ਉਹਨਾਂ ਦੀ ਅਰਦਾਸ ਤੁਸੀਂ ਪੂਰੀ ਕਰਾ ਦਿੱਤੀ। ਦੁਨੀਆ ਵਿੱਚ ਹਰ ਰੋਜ਼ ਗੁਰੂ ਨਾਨਕ ਨਾਮ ਲੇਵੇ ਇਨਸਾਨ ਸਾਰੇ ਭੈਣ ਭਰਾ ਹਰ ਰੋਜ਼ ਅਰਦਾਸ ਕਰਦੇ ਸੀ। ਹਰ ਗੁਰੂ ਘਰ ਵਿੱਚ ਇੱਕੋ ਇੱਕ ਅਰਦਾਸ ਹੁੰਦੀ ਸੀ ਕਿ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲੇ, ਸਾਰਿਆਂ ਨੂੰ ਖੁੱਲੇ ਦਰਸ਼ਨ ਕਰਨ ਦਾ ਮੌਕਾ ਮਿਲੇ। ਮੈਨੂੰ ਯਾਦ ਹੈ ਪ੍ਰਧਾਨ ਮੰਤਰੀ ਜੀ, ਡੇਢ ਸਾਲ ਪਹਿਲੇ ਮੇਰੇ ਪਿਤਾ ਬਾਦਲ ਸਾਹਿਬ, ਮੈਂ, ਸਾਡੀ ਐਸਜੀਪੀਸੀ ਪ੍ਰਧਾਨ ਸਾਰੇ ਆਪ ਜੀ ਨੂੰ ਮਿਲੇ। 550 ਸਾਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਲ ਦੇ ਸੰਬੰਧ ਵਿੱਚ ਅਸੀਂ ਆਪ ਜੀ ਕੋਲੇ ਗਏ ਤੇ ਬਾਦਲ ਸਾਹਿਬ ਤੇ ਸਾਰਿਆਂ ਨੇ ਅਸੀਂ ਆਪ ਜੀ ਨੂੰ ਬੇਨਤੀ ਕੀਤੀ ਕਿ ਸਿੱਖ ਕੌਮ ਦੀ, ਸਾਰੇ ਪੰਜਾਬੀਆਂ ਦੀ ਇੱਕੋ ਇੱਕ ਖੁਆਇਸ਼ ਹੈ, ਸੁਪਨਾ ਹੈ, ਅਰਦਾਸ ਪ੍ਰਮਾਤਮਾ ਤਰਫ ਅਸੀਂ ਕਰਦੇ ਹਾਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ। ਆਪ ਜੀ ਨੂੰ ਬੇਨਤੀ ਕੀਤੀ ਤੇ ਮੈਂ ਖੁਸ਼ੀ ਨਾਲ ਕਹਿ ਸਕਦਾ ਆਪ ਜੀ ਨੇ ਉਦੋਂ ਹੀ ਬਾਦਲ ਸਾਹਿਬ ਤੇ ਸਾਨੂੰ ਵਿਸ਼ਵਾਸ ਦਵਾਇਆ। ਆਪ ਜੀ ਨੇ ਕਿਹਾ ਮੈਂ ਪੂਰਾ ਜ਼ੋਰ ਲਾ ਕੇ 550 ਸਾਲ ਤੋਂ ਪਹਿਲੇ ਆਹ ਲਾਂਘਾ ਪਾਕਿਸਤਾਨ ਨਾਲ ਗੱਲ ਕਰਕੇ ਅਸੀਂ ਲਾਂਘਾ ਪੂਰਾ ਖਿਲਾਵਾਂਗੇ ਤੇ ਧੰਨਵਾਦ ਕਰਦੇ ਹਾਂ, ਤੁਸੀਂ ਐਡਾ ਵੱਡਾ ਕੰਮ ਕਰ ਦਿੱਤਾ ਤੇ ਸਾਰੀ ਗੁਰੂ ਨਾਨਕ ਨਾਮ ਲੇਵਾਂ ਦੀ ਖੁਸ਼ੀਆਂ ਤੁਸੀਂ ਪ੍ਰਾਪਤ ਕੀਤੀਆਂ। ਇਸ ਮੌਕੇ ਸੁਖਬੀਰ ਬਾਦਲ ਨੇ ਜਿੱਥੇ ਕੈਪਟਨ ਸਰਕਾਰ ਤੇ ਨਿਸ਼ਾਨੇ ਸਾਧੇ, ਉਹਦੇ ਹੀ ਪੰਜਾਬ ਦੇ ਇਤਿਹਾਸ ਨੂੰ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਦੱਸਿਆ। ਸੱਜਣ ਕੁਮਾਰ ਨੂੰ ਉਮਰ ਕੈਦ ਮਿਲ ਗਈ, ਦੋ ਕਾਂਗਰਸ ਦੇ MLA ਨੂੰ ਸਜ਼ਾ ਮਿਲ ਗਈਆਂ, ਇਹ ਤੋਂ ਵੱਧ ਸਬੂਤ ਕੀ ਚਾਹੀਦਾ ਹੈ? ਕਾਂਗਰਸ ਦੇ MP ਅੰਦਰ ਹੋ ਜਾਏ, ਗਾਂਧੀ ਪਾਰ ਦਾ ਚਹੇਤਾ ਅੰਦਰ ਹੋ ਜਾਏ, ਉਹਨਾਂ ਦੇ MLA ਅੰਦਰ ਹੋ ਜਾਣ, ਉਹਨਾਂ ਦੇ ਕਾਉਂਸਲਰ ਨੂੰ ਸਜ਼ਾਏ ਮੌਤ ਮਿਲ ਜਾਏ ਤੇ ਹਾਈਕੋਰਟ ਦੇ ਜੱਜ ਸਾਹਿਬ ਆਪਣੇ ਫੈਸਲੇ 'ਚ ਲਿਖਦੇ ਹਨ ਕਿ ਸੱਜਣ ਕੁਮਾਰ ਦੀਆਂ MLA ਤਾਂ ਬਚੇ ਰਹੇ ਕਿਉਂਕਿ ਇਹਨਾਂ ਨੂੰ ਪੋਲੀਟੀਕਲ ਪੇਟਰੇਜ ਸੀ। ਇੱਕ ਹਾਈਕੋਰਟ ਦੇ ਜੱਜ ਸਾਹਿਬ ਲਿਖ ਲਿਆ ਪੋਲੀਟੀਕਲ ਪੇਟਰੇਜ, ਸੱਜਣ ਕੁਮਾਰ ਨੂੰ ਪੋਲੀਟੀਕਲ ਪੇਟਰੇਜ ਕਿਹਦੀ ਹੋ ਸਕਦੀ ਹੈ? ਸੱਜਣ ਕੁਮਾਰ ਨੂੰ ਪੋਲੀਟੀਕਲ ਪੇਟਰੇਜ ਗਾਂਧੀ ਪਰਿਵਾਰ ਦੀ ਸੀ। ਸਹੀ ਮਾਇਨੇ ਤੇ ਮੈਂ ਕਹਿਣਾ ਚਾਹੁੰਦਾ ਪ੍ਰਧਾਨ ਮੰਤਰੀ ਜੀ, ਅਸਲੀ ਇਨਸਾਫ ਪੰਜਾਬੀਆਂ ਦੇ ਦਿਲ ਤੇ ਮਲਮ ਤਾਂ ਲੱਗੂਗੀ ਜਦੋਂ ਤੱਕ ਗਾਂਧੀ ਪਰਿਵਾਰ, ਖਾਸ ਕਰਕੇ ਰਾਜੀਵ ਗਾਂਧੀ ਦੇ, ਸਹੀ ਮਾਇਨੇ ਤੇ ਰਾਜੀਵ ਗਾਂਧੀ ਦੇ ਹੁਕਮ ਤੇ ਆ ਸਾਰੇ ਕਤਲੇਆਮ ਹੋਇਆ,
ਰਾਜੀਵ ਗਾਂਧੀ ਦੇ ਕਹਿਣ ਤੇ ਸਾਰੇ ਕਤਲੇਆਮ ਹੈ ਤੇ ਕੇਸਾਂ ਵਿੱਚ ਰਾਜੀਵ ਗਾਂਧੀ ਦਾ ਨਾਮ ਹੀ ਆਉਣਾ ਚਾਹੀਦਾ ਹੈ, ਕਿਉਂਕਿ ਸਭ ਤੋਂ ਵੱਡਾ ਦੋਸ਼ੀ ਤਾਂ ਉਹ ਹੈ। ਸਾਡੀ ਸਿੱਖ ਕੌਮ ਦੀ ਇੱਕੋ ਇੱਕ ਮਨਸ਼ਾ ਤੇ ਕਾਲਜੇ ਤੇ ਠੰਡ ਤਾਂ ਪਊਗੀ ਜੇ ਗਾਂਧੀ ਪਰਿਵਾਰ ਦੇ, ਕਿਉਂਕਿ ਐਡਾ ਵੱਡਾ ਕਾਤਲ ਹੈ ਗਾਂਧੀ ਪਰਿਵਾਰ, ਇੱਕ ਨੀ ਦੋ ਨੀ ਹਜ਼ਾਰਾਂ ਐਚ ਕੇ ਐਲ ਭਗਤ, ਟਾਈਟਲਰ, ਸੱਜਣ ਕੁਮਾਰ, ਕਮਲਨਾਥ, ਸਾਰੇ ਜਿੰਨੇ ਇਹਨਾਂ ਦੇ ਗਾਂਧੀ ਪਰਿਵਾਰ ਦੇ ਨਾਂ ਤੇ ਏਅਰਪੋਰਟ ਹੈ, ਗਾਂਧੀ ਪਰਿਵਾਰ ਦੇ ਨਾਂ ਤੇ ਸੜਕ ਹੈ, ਗਾਂਧੀ ਪਰਿਵਾਰ ਦੇ ਨਾਂ ਤੇ ਸਕੂਲ ਬਣਾਏ ਹੈ, ਉਹ ਗਾਂਧੀ ਪਰਿਵਾਰ ਜਿਹਨੇ ਕਤਲ ਕੀਤਾ, ਮੈਸਕਰ ਕੀਤਾ, ਐਡਾ ਵੱਡਾ ਮੈਸਕਰ, ਹੁਣ ਤਾਂ ਹਾਈਕੋਰਟ ਦੇ ਜੱਜ ਨੇ ਵੀ ਲਿਖ ਦਿੱਤਾ। ਬੇਨਤੀ ਕਰਦਾ ਇਹਨਾਂ ਦੇ ਨਾਂ ਤੇ ਜੋ ਵੀ ਚੀਜ਼ ਹੈ ਉਹਨਾਂ ਦਾ ਨਾਂ ਲਾ ਦੇਣਾ ਚਾਹੀਦਾ, ਆ ਲਾਇਕ ਨਹੀਂ, ਕਿਉਂਕਿ ਆ ਕੌਮ ਦੇ ਦੁਸ਼ਮਣ ਹਨ। ਇਸ ਮੌਕੇ ਸੁਖਬੀਰ ਬਾਦਲ ਵੱਲੋਂ ਸਿੱਖ ਪੰਥ ਦੇ ਮਸਲੇ ਹੱਲ ਕਰਵਾਉਣ ਲਈ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।